ਫਿਰੋਜ਼ਪੁਰ ਵਿੱਚ ਐਕਸਾਈਜ਼ ਅਤੇ ਪੁਲਿਸ ਵਿਭਾਗ ਨੇ ਵੱਡੀ ਕਾਰਵਾਈ ਕੀਤੀ ਇਸ ਮੌਕੇ ਸਹਾਇਕ ਕਮਿਸ਼ਨਰ ਫਿਰੋਜ਼ਪੁਰ ਰੇਂਜ ਅਤੇ ਈਓ ਫਿਰੋਜ਼ਪੁਰ ਦੁਆਰਾ ਨਿਰਦੇਸ਼ਾਂ ਅਨੁਸਾਰ ਇੰਸਪੈਕਟਰ ਪ੍ਰਭਜੋਤ ਸਿੰਘ ਵਿਰਕ ਵੱਲੋਂ ਐਕਸਾਈਜ਼ ਪੁਲਿਸ ਦੇ ਨਾਲ ਫਿਰੋਜ਼ਪੁਰ ਵਿਖੇ ਹਬੀਬ ਕੇ ਪੱਤਨ ਵਿਖੇ ਛਾਪੇਮਾਰੀ ਕੀਤੀ ਗਈ ਸਤਲੁਜ ਦਰਿਆ ਉੱਤੇ ਲਾਵਾਰਿਸ ਥਾਂ ਉਤੋਂ 12 ਪਲਾਸਟਿਕ ਟਰਪੋਲਿਨ ਬਰਾਮਦ ਕੀਤੇ ਗਏ ਫਿਰੋਜ਼ਪੁਰ ਤੋਂ ਅੱਜ ਦੀ ਆਵਾਜ਼ ਲਈ ਸ਼ੁਭਮ ਖੁਰਾਣਾ ਦੀ ਰਿਪੋਰਟ ਅੱਜ ਸਵੇਰੇ ਤਕਰੀਬਨ 7 ਵਜੇ ਦੇ ਫਰੀਵ ਐਕਸਾਈਜ਼ ਪੁਲਿਸ ਦੇ ਸਮੇਤ ਸਤਲੁਜ ਦਰਿਆ ਤੇ ਹਵੀਪੇ ਪਤਣ ਵਿਖੇ ਰੇਡ ਕੀਤੀ ਗਈ ਜਿਸ ਦੌਰਾਨ 12 ਤਰਪਹਿਲਾਂ ਕਾਫੀ ਵੱਡੀਆਂ ਤਕਰੀਬਨ 21600 ਲੀਟਰ ਲਾਹਣ ਬਰਾਮਦ ਹੋਈ ਕਿਉਂਕਿ ਸੁੱਕੀ ਜਗ੍ਹਾ ਉਤੇ ਨਸ਼ਟ ਕਰ ਦਿੱਤੀ ਗਈ ਇਸ ਤੋਂ ਇਲਾਵਾ ਹੋਰ ਕਾਫੀ ਮਾਤਰਾ ਵਿੱਚ ਡਰਮ ਵਗੈਰਾ ਤੇ ਪਤილები ਵੀ ਬਰਾਮਦ ਹੋਏ ਧੰਨਵਾਦ ਜੀ ਪੰਜਾਬ ਦੀਆਂ ਵੱਡੀਆਂ ਅਤੇ ਤਾਜ਼ਾ ਖਬਰਾਂ ਦੇ ਲਈ ਅੱਜ ਦੀ ਆਵਾਜ਼ ਦੇ ਫੇਸਬੁੱਕ ਪੇਜ ਨੂੰ ਲਾਈਕ ਕਰੋ ਪੇਜ ਫੋਲੋ ਕਰੋ ਆਪਣੇ ਦੋਸਤਾਂ ਦੇ ਨਾਲ ਸਾਂਝਾ ਕਰੋ ਦੇਸ਼ ਵਿਦੇਸ਼ ਨਾਲ ਜੁੜੀਆਂ ਹਰ ਤਰ੍ਹਾਂ ਦੀਆਂ ਖਬਰਾਂ ਲਈ ਤੁਸੀਂ ਸਾਡੇ YouTube ਚੈਨਲ ਅੱਜ ਦੀ ਆਵਾਜ਼ ਨੂੰ ਸਬਸਕ੍ਰਾਈਬ ਕਰੋ ਹਰ ਇੱਕ ਤਰ੍ਹਾਂ ਦੀ ਲੇਟੈਸਟ ਬ੍ਰੇਕਿੰਗ ਖਬਰ ਲਈ ਸਾਨੂੰ ਤੁਸੀਂ Instagram ਦੇ ਉੱਤੇ ਵੀ ਫੋਲੋ ਕਰੋ ਦੇਸ਼ ਵਿਦੇਸ਼ ਦੀ ਹਰ ਇੱਕ ਤਰ੍ਹਾਂ ਦੀ ਖਬਰ ਹੁਣ ਤੁਹਾਨੂੰ ਮਿਲੇਗੀ ਸਿਰਫ ਅੱਜ ਦੀ ਆਵਾਜ਼ ਦੇ ਉੱਤੇ ਤੁਸੀਂ ਅੱਜ ਦੀ ਆਵਾਜ਼ ਦਾ ਈ-ਪੇਪਰ ਐਡੀਸ਼ਨ ਪੜਨ ਲਈ ਸਾਡੀ ਵੈੱਬਸਾਈਟ ਦੇ ਉੱਤੇ ਵੀ ਵਿਜ਼ਿਟ ਕਰ ਸਕਦੇ ਹੋ ਕੈਨੇਡਾ ਹੋਵੇ ਜਾਂ ਫਿਰ ਇੰਗਲੈਂਡ ਅਮਰੀਕਾ ਹੋਵੇ ਜਾਂ ਫਿਰ ਆਸਟ੍ਰੇਲੀਆ ਪੰਜਾਬੀ ਭਾਈਚਾਰੇ ਨਾਲ ਜੁੜੀ ਹਰ ਇੱਕ ਖਬਰ ਪਹੁੰਚਾਈ ਜਾਵੇਗੀ ਤੁਹਾਡੇ ਤੱਕ ਚੁੱਕੇ ਜਾਣਗੇ ਮਸਲੇ ਹੋਵੇਗੀ ਹੱਕ ਦੀ ਗੱਲ ਗਰੀਬਾਂ ਅਤੇ ਪਿਛੜਿਆਂ ਦਾ ਇੱਕੋ ਇੱਕ ਪਰੋਸੇਮਾਨ ਨਿਊਜ਼ ਚੈਨਲ ਆਜ਼ ਦੀ ਆਵਾਜ਼ ਰੋਜ਼ਾਨਾ ਆਜ਼ ਦੀ ਆਵਾਜ਼ ਪੰਜਾਬ ਦੀ ਪਰੋਸੇਮਾਨ ਅਖਬਾਰ